ਪੰਜਵੇਂ ਨੰਬਰ ਤੇ ਆ ਗਿਆ ਸੀ। ਅੱਛਾ ਜੀ, ਇਹ ਮਗਰਲੀ ਵਾਰ ਸਵਾ ਸਾਲ ਦਾ ਹੀ ਖੀਰਿਆਂ ਚੋਂ ਪੰਜਵੇਂ ਨੰਬਰ ਤੇ ਆ ਗਿਆ ਸੀ। ਤੇ ਨਾ ਲੈ ਅਸੀਂ ਆਪਣੇ ਮੇਲੇ ਸਰਟੀਫਿਕੇਟ ਮਿਲ ਕੇ ਜਿਹੜਾ ਆਪਾਂ ਪਰ ਮਾਂ ਨਾਲ ਹੀ ਕਿਹੜਾ ਕੋਈ ਸਹੀ ਗੱਲ ਆ ਜੀ, ਅਸੀਂ ਸਾਡੀ ਗਏ ਤੇ ਦੋ ਕੱਟੇ ਸੇਲ ਕਰਤੇ ਜੀ। ਅੱਛਾ ਜੀ, ਪਹਿਲਾਂ ਕਰਤੇ ਸੀ ਬਸ, ਕੰਮ ਉਹੀ ਗੱਲ ਤੁਹਾਡੇ ਵਾਲੀ ਕੱਲੀ ਮਰਜ਼ੀ ਰਹੀ ਜੀ ਆਪਣੇ ਕੋਲੇ ਇਕੱਲੇ ਜਾਣੇ ਸੀ ਘਰੇ ਲੈ ਵੀ ਜਿੱਤੇ ਆ ਤਾਂ ਇਹ ਵੀ ਡਾਟਾ ਦਿਖਾਉਣਾ ਤੇ ਤੁਹਾਨੂੰ ਚੀਜ਼ ਦਿਖਾਉਣੀ ਹੈ ਕਿ ਸ਼ੌਂਕ, ਠੀਕ ਹੈ, ਕਹਿੰਦੇ ਹੁੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ, ਤਾਂ ਜੇ ਚੀਜ਼ਾਂ ਸ਼ੌਂਕ ਨਾਲ ਪਾਲਣੀਆਂ ਨਾ ਤਾਂ ਫਿਰ ਹੀ ਜਾ ਕੇ ਮੂਹਰੇ ਜਿਹੜੀਆਂ ਚੀਜ਼ਾਂ ਆਉਣੀਆਂ ਆਪਣੇ ਕੋਲ। ਤਾਂ ਸਭ ਤੋਂ ਪਹਿਲਾਂ ਜਾ ਕੇ ਆਪਾਂ ਬਾਈ ਉੱਧਰ ਖੜਾ, ਉਸੇ ਬੁੱਲ ਬਾਰੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਹੈ ਜੀ? ਹਾਂ ਠੀਕ ਠਾਕ। ਤਾਂ ਬਾਈ ਜੇ ਆਪਾਂ ਗੱਲ ਕਰੀਏ ਆਪਣੇ ਝੋਟੇ ਦੀ, ਇਹਦੀ ਉਮਰ ਕਿੰਨੀ ਹੋ ਗਈ? ਇਹਦੀ ਜੀ ਇਹ 12ਵੇਂ ਮਹੀਨੇ 'ਚ ਗਾਹਾਂ ਹੋ, ਪੌਣੇ ਕੁ 4 ਸਾਲ ਦਾ ਮੰਨ ਲਓ, 12ਵੇਂ ਦੀ 27 ਨੂੰ ਹੋਊਗਾ ਇਹ 4 ਸਾਲ। ਅੱਛਾ ਜੀ, ਪੌਣੇ ਕੁ 4 ਸਾਲ ਦਾ ਵੀ ਮੰਨ ਲਈਏ ਜੀ ਇਹਨੂੰ ਆਪਾਂ, ਠੀਕ ਹੈ ਜੀ। ਅਤੇ ਇਹ ਹੁਣ ਤੱਕ ਕਿਹੜੇ ਕਿਹੜੇ ਮੇਲਿਆਂ 'ਤੇ ਆਪਣਾ ਜਿੱਤਿਆ ਜੀ? ਇਹ ਜੀ 2022 'ਚ ਧਨੌਲੇ ਫਸਟ ਆਇਆ ਹੋਇਆ ਜੀ। ਹਾਂਜੀ, 2022 'ਚ ਜੀ, 22 'ਚ ਖੀਰੀ ਕੈਟਾਗਰੀ 'ਚ ਜੀ। ਖੀਰੀ ਕੈਟਾਗਰੀ ਜੀ, ਹਾਂਜੀ ਹਾਂਜੀ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ 23 'ਚ 2 ਦੰਦ 'ਚ, 23 'ਚ 2 ਦੰਦ 'ਚ ਫਸਟ ਆਇਆ ਹੋਇਆ। ਹਾਂਜੀ ਹਾਂਜੀ। ਅਤੇ ਆਹ ਜੇ ਆਪਾਂ ਸਿਰ 'ਤੇ ਦਿਖਾਈਏ ਤਾਂ ਉਹੀ ਲਾਲ ਫੁੱਲ ਲੱਗੇ ਹੋਏ ਆ ਜੀ। ਤਾਂ ਸਾਡੇ ਪਿੰਡ ਕਹਿੰਦੇ ਹੁੰਦੇ ਇੱਕ ਮਹੰਤ ਸੀ, ਉਹ ਕਹਿੰਦਾ ਹੁੰਦਾ ਜੀ ਲਾਲ ਫੁੱਲ ਲੱਗਿਆ ਭਾਗਾਂ ਵਾਲਿਆਂ ਦੇ, ਉਹ ਲਾਲ ਰੰਗ ਕਹਿੰਦਾ ਸੀ, ਜਾਣੀ ਕਿ ਵੀ ਲਾਲ ਰੰਗ ਵੀ ਕਹਿੰਦਾ ਭਾਗਾਂ ਦੀ ਲੱਗਦਾ। ਤੇ ਇਹਦੀ ਮਾਂ ਜੀ ਆਪਣੇ ਘਰ ਦੀ ਆ? ਹਾਂਜੀ, ਆਹ ਖੜੀ ਆ ਮੈਂ ਸਪੈਸ਼ਲ, ਠੀਕ ਆ ਜੀ। ਤੇ ਫਾਦਰ ਕਿਹੜੇ ਸੀਗੇ ਇਹਨਾਂ ਦੇ? ਫਾਦਰ ਜੀ ਅਰਜਨ ਕੁੰਗੜਾ। ਅਰਜਨ ਕੁੰਗੜ ਜੀ, ਹਾਂਜੀ। ਤਾਂ ਮਦਰ ਦਾ ਇਹਦਾ ਕੀ ਰਿਕਾਰਡ ਸੀਗਾ ਜੀ? ਇਹ ਜੀ ਸਰਕਾਰੀ ਚਵਾਈ 2840 ਦੀ, 2840 ਦੀ ਸਰਕਾਰੀ ਚਵਾਈ ਦੀ ਹੈ। ਹਾਂਜੀ ਹਾਂਜੀ। ਤਾਂ ਇਹਦਾ ਆਪਾਂ ਗੇੜਾ ਦਵਾਈਏ ਜੀ ਮਾੜਾ ਜਿਹਾ? ਦਵਾ ਲੈਂਦੇ ਹਾਂ ਜੀ। ਲਓ ਵੀ ਮਿੱਤਰੋ, ਇੱਧਰੋਂ ਥੋੜ੍ਹਾ ਜਿਹਾ ਸਾਂ ਦੇ ਕਰਨੀ, ਅਸੀਂ ਪਰਲੀ ਸਾਈਡ ਨੂੰ ਲੈ ਕੇ ਜਾਵਾਂਗੇ। ਉਹਦੇ ਪਾਸੇ ਨੂੰ ਕੁਆਲਿਟੀ ਹੈ ਜਿਹੜੀ ਵੀਡੀਓ ਦੀ, ਹੋਰ ਵੀ ਜ਼ਿਆਦਾ ਚੰਗੀ ਆਉਣੀ ਹੈ। ਤਾਂ ਤੁਸੀਂ ਇਹਦੀ ਹੈਟ ਹੂਟ ਬਹੁਤ ਨਜਾਇਜ਼ ਜ਼ਿਆਦਾ ਆ, ਕਈ ਵਾਰੀ ਵੀਡੀਓ ਦੇਖਣ ਨੂੰ ਆਮ ਜੀ ਲੱਗਦੀ ਹੁੰਦੀ ਹੈ। ਅਤੇ ਇਹਦੀ ਹੈਟ ਤਾਂ ਜੀ ਉਹੀ 5.5-6 ਫੁੱਟ ਦੇ ਨੇੜੇ ਹੋਊ। ਹਾਂਜੀ ਹਾਂਜੀ, 6 ਦੇ ਨੇੜੇ ਗੇੜੇ ਹੋਊ ਮਿਨੀ। ਹਾਂਜੀ ਬਿਲਕੁਲ ਜੀ ਬਿਲਕੁਲ। ਲਓ ਵੀ ਮਿੱਤਰੋ, ਲੈ ਚਲੋ ਜੀ, ਲੈ ਚਲੋ ਥੋੜ੍ਹੇ ਥੋੜ੍ਹੇ ਤੁਰ ਕੇ। ਲਓ ਵੀ ਕਰੋ ਚੈੱਕ ਤੁਸੀਂ ਜਿਹੜਾ ਬੋਡੀ ਢਾਂਚਾ ਇਹਦਾ, ਤਾਂ ਤੁਰਦਾ ਨਾ ਝੂਮ ਝੂਮ ਮੱਲਾ ਵਾਂਗੂ। ਆ ਜਾਓ ਜੀ, ਮੋੜ ਲਿਓ। ਦੇਖੋ ਮਿੱਤਰੋ, ਇਹ ਵੀ ਅੱਜ ਦਿਖਾਉਣ ਦਾ ਤੁਹਾਨੂੰ ਇਹੀ ਸੀਗਾ ਆਪਣਾ, ਵੀ ਤੁਸੀਂ ਦੇਖੋ ਬਰੀਡਿੰਗ ਕਰੋ, ਪਾਲੋ ਚੰਗੀਆਂ ਮੱਝਾਂ ਦੇ, ਭਾਵਾਂ ਦੀ ਕੋਈ ਕੱਟਾ ਪਾਲਣਾ, ਭਾਵਾਂ ਦੀ ਕੋਈ ਝੋਟੀ ਹੈ, ਪਰ ਹੋਣੇ ਚਾਹੀਦੇ ਚੰਗੀਆਂ ਮੱਝਾਂ ਦੇ। ਚੰਗੀਆਂ ਮੱਝਾਂ ਤੋਂ ਬਿਨਾਂ ਕੋਈ ਮੁੱਲ ਨਹੀਂ ਪੈਣਾ, ਤੁਸੀਂ ਇਹਦੀ ਸਿਹਤ ਵੀ ਦੇਖ ਸਕਦੇ ਹਾਂ। ਤਾਂ ਹਰ ਪੱਖੋਂ ਜਿਹੜਾ ਆਪਾਂ ਬਰੀਡ ਦਾ ਆਪਾਂ ਢਾਂਚਾ ਕਹਿੰਦੇ ਹਾਂ, ਬੋਡੀ ਢਾਂਚਾ, ਤਾਂ ਜੇ ਆਪਾਂ ਗੱਲ ਕਰੀਏ ਮੂਹਰਾ ਦੇ ਕਰੈਕਟਾਂ ਬਾਰੇ, ਹਰ ਪੱਖੋਂ ਇਹ ਮਤਲਬ ਬਹੁਤ ਜ਼ਿਆਦਾ ਸ਼ਾਨਦਾਰ, ਪਿੱਠ ਪੂੜੇ ਤੋਂ ਲਾ ਕੇ ਜੀ, ਤੁਸੀਂ ਕੱਦ ਤੋਂ ਲਾ ਕੇ, ਦੁੱਧ ਤੋਂ ਲਾ ਕੇ, ਕੋਈ ਇਹਦੇ 'ਚ ਐਂ ਨਹੀਂ ਕਹਿ ਸਕਦੇ ਵੀ ਕਿਸੇ ਪੈਂਟ ਤੋਂ ਕਮੀ ਹੋਊਗੀ, ਵੀ ਪਿਓ ਵਾਲੇ ਪਾਸੋਂ, ਮਾਂ ਵਾਲੇ ਪਾਸੋਂ, ਤਾਂ ਕੋਈ ਹੋਰ ਆ, ਨਹੀਂ ਬਾਈ, ਸਾਰੇ ਪਾਸੋਂ ਪ੍ਰੋਪਰ। ਤਾਂ ਤੁਸੀਂ ਦੇਖ ਸਕਦੇ ਹੁਣ ਇਕੱਲੀ ਇਕੱਲੀ ਨਾੜ ਦੇਖੋ ਜੀ, ਨਾੜ ਇਕੱਲੀ, ਬਿਲਕੁਲ ਜੀ ਬਿਲਕੁਲ ਜੀ, ਸਾਰੇ ਸਰੀਰ ਐਂ ਨਾੜਾਂ ਨਾਲ ਜਿਹੜਾ ਮੜਿਆ ਪਿਆ, ਇੰਨੀ ਜ਼ਿਆਦਾ ਬਰੀਕੀ ਹੈ। ਇਹਨੂੰ ਬਰੀਕ ਚਮੜੀ ਦਾ ਵੀ ਜ਼ਿਆਦਾ ਕਹਿ ਦਿੰਦੇ ਆ, ਵੀ ਇਹ ਬਹੁਤ ਇਹਦੇ 'ਚ ਜਿਹੜੀ ਖੂਬੀਆਂ ਬਹੁਤ ਹੁੰਦੀਆਂ, ਠੀਕ ਹੈ ਜੀ, ਬਰੀਕ ਚਮੜੀ ਦਾ ਹਮੇਸ਼ਾ ਹੀ ਪਹਿਲਾਂ ਤੋਂ ਸਿਆਣੇ ਵੀ ਕਹਿੰਦੇ ਆਏ ਆ ਵੀ ਦੁੱਧ ਜਿਹੜਾ ਜ਼ਿਆਦਾ ਦਿੰਦਾ ਹੁੰਦਾ। ਅਤੇ ਖੜਨੀ ਖੁੜਨੀ ਦੇਖੋ ਜੀ, ਐਤੀ ਜਵਾਨ ਹੋ ਗਿਆ ਇਹ ਪੂਰਾ। ਤਾਂ ਅੱਜ ਜਿਹੜੀਆਂ ਚੀਜ਼ਾਂ ਤੁਹਾਨੂੰ ਇਸੇ ਘਰ ਦੇ ਵਿੱਚ ਕਮਾਂ ਦੀਆਂ 3-4 ਚੀਜ਼ਾਂ ਤਿਆਰ ਕੀਤੀਆਂ ਹੋਈਆਂ ਜਿਹੜੀਆਂ ਮੱਝ ਦੀਆਂ, ਉਹੀ ਦਿਖਾਉਣੀਆਂ ਤੁਹਾਨੂੰ। ਕਹਿੰਦੇ ਇੱਕ ਅੰਕਲ ਜੀ ਨੂੰ ਸਿਰਫ ਇੱਕ ਸ਼ੌਂਕ ਹੈ, ਸ਼ੌਂਕ ਦਾ ਕਰਕੇ ਵਧੀਆ, ਬਹੁਤ ਮਿਹਨਤ ਦੇ ਨਾਲ। ਤਾਂ ਤੁਸੀਂ ਥਾਂ ਥੂੰ ਵੀ ਦੇਖੋ, ਬਹੁਤ ਗੌਰ ਅਤੇ ਬਹੁਤ ਕਰਦੇ ਆ। ਹੁਣ ਵੀ ਪਸ਼ੂ ਗਰਮੀ ਦੇ ਕਰਕੇ ਅਸੀਂ ਛੇਤੀ ਵੀਡੀਓ ਬਣਾਉਣ ਲੱਗੇ ਹਾਂ, ਵੀ ਇਹਨਾਂ ਨੇ ਚਲੋ ਆਪਦਾ ਉਸ ਤੋਂ ਬਾਅਦ ਬੈਠਣ ਬੁੱਠਣਗੇ, ਠੀਕ ਹੈ। ਸੋਲ ਜਿਵੇਂ ਜਵਾਕਾਂ ਨੂੰ ਆਪਾਂ ਪਾਲਦੇ ਹਾਂ, ਉਸ ਲੋਟ ਇੱਕ
ਮੁਹੱਬਤ ਨਾਲ ਪਾਲੇ ਵੇ ਜਾਵਾਂ ਬੱਚਿਆਂ ਵਾਂਗੂ। ਤਾਂ ਹੀ ਅਗਲਾ ਕਹਿੰਦਾ ਵੀ ਪੁੱਤਾਂ ਤੋਂ ਘੱਟ ਨਹੀਂ ਪਲਦੇ ਇਹ, ਸਾਨ ਪਾਲਣਾ ਅਤੇ ਇੱਕ ਪਹਿਲਵਾਨ ਮੁੰਡਾ ਪਾਲਣਾ ਇੱਕ ਗੱਲ ਹੀ ਹੈ, ਠੀਕ ਹੈ। ਜਿੰਨੀ ਪਹਿਲਵਾਨ ਨੂੰ ਖੁਰਾਕ ਦੇਣੀ ਪੈਂਦੀ ਹੈ ਅਤੇ ਸਾਨ ਨੂੰ ਵੀ ਉਨੀ ਖੁਰਾਕ ਹੀ ਦੇਣੀ ਪੈਂਦੀ ਆ, ਫਿਰ ਹੀ ਜਾ ਕੇ ਸਾਨ ਬਣਦੇ ਆ। ਅਤੇ ਕਿਹੜਾ ਬੰਨ ਲਓ ਜੀ, ਆਪਾਂ ਦੂਜਾ ਵੀ ਛੋਟਾ ਵੀ ਦਿਖਾਈਏ, ਠੀਕ ਹੈ ਜੀ। ਤਾਂ ਲਓ ਵੀ ਜੇ ਮਤਲਬ ਛੋਟੇ ਕੰਨੀ ਕਰਦੇ ਹਾਂ, ਇਹਦੇ ਕੰਨੀ ਆਉਣੇ ਆ ਤਾਂ ਐਂ ਲੱਗਦਾ ਵੀ ਇਹਦੇ ਵਰਗਾ ਝੋਟਾ ਹੀ ਕੋਈ ਹੈ ਨਹੀਂ। ਛੋਟੇ ਕੰਨੀ ਜਾ ਵੜੀ ਦਾ ਘਰੇ ਇੱਕ ਘਰੀ ਖੜੇ ਆ, ਉਹਦੇ ਕੰਨੀ ਜਾਈਦਾ, ਐਂ ਲੱਗਦਾ ਵੀ ਉਹਦੇ ਵਰਗਾ ਝੋਟਾ ਕੋਈ ਨਹੀਂ। ਪਰ ਜਦੋਂ ਮਿੱਤਰੋ ਉਹਨੇ ਵੀ ਤਿਆਰ ਹੋ ਗਿਆ ਨਾ, ਤਾਂ ਉਹਨੇ ਵੀ ਗੱਲਾਂ ਕਰਵਾਉਣੀਆਂ ਦੂਰ ਦੂਰ। ਪਿੰਡ ਦਾ ਨਾਂ ਕੱਢਣਾ ਇਹਨੇ, ਮਾਲਕ ਦਾ ਨਾਂ ਤਾਂ ਕੱਢਣਾ ਹੀ ਕੱਢਣਾ, ਨਾਲ ਇਹਨੇ ਪਿੰਡ ਦਾ ਨਾਂ ਵੀ ਕੱਢਣਾ। ਤਾਂ ਇਹਨੇ ਕਰਵਾਉਣੀਆਂ ਦੂਰ ਦੂਰ ਗੱਲਾਂ। ਤਾਂ ਬਾਕੀ ਇਹਨਾਂ ਨੇ ਇਹਦਾ ਸੀਮਨ ਵੀ ਰੈਡੀ ਕਰਵਾਇਆ ਵਾ ਉਹਨਾਂ ਦਾ ਜੀ, ਠੀਕ ਹੈ। ਤੁਹਾਨੂੰ ਨੰਬਰ ਵੀ, ਹਾਂਜੀ ਹਾਂਜੀ, ਖੋਲਿਓ ਜੀ। ਇੱਧਰੇ ਬਾਈ ਥੋੜ੍ਹਾ ਜਿਹਾ ਧੁੱਪ ਦਾ ਕਰਕੇ ਉਹ ਹੁੰਦਾ, ਥੋੜ੍ਹਾ ਜਿਹਾ ਖੋਲ ਕੇ ਇੱਧਰੋਂ ਇੱਧਰੋਂ ਲਿਆਵਾਂਗੇ ਆਪਾਂ, ਇੱਧਰੋਂ ਹੋ ਜਾਓ ਮਾੜਾ ਜਿਹਾ, ਇੱਧਰੋਂ ਅਸੀਂ ਲੈ ਚੱਲਾਂਗੇ। ਚਲੋ ਤਾਂ ਦੇਖ ਸਕਦੇ ਅੰਕਲ ਜੀ, ਇਹ ਜਿਹੜਾ ਕੱਟਾ ਕਿੰਨੇ ਟਾਈਮ ਦਾ ਹੋ ਗਿਆ? ਇਹਦੀ ਦੇਖੋ, ਇਹ ਦਿਖਾਇਓ ਦੰਦ ਮਾੜੇ ਆ, ਜਿਹੜੇ ਦਿਖਾਓ ਖੀਰਾ ਜੀ। ਇਹ ਤਾਂ ਖੀਰਾ ਹੈਗਾ ਜੀ, ਇਹ ਕਿੰਨਾ 28 ਮਹੀਨੇ ਦਾ ਹੋ ਗਿਆ ਕਹਿੰਦੇ? ਸਾਢੇ 27 ਮਹੀਨੇ ਦਾ ਹੋ ਗਿਆ ਜੀ, ਠੀਕ ਹੈ। ਹਾਂਜੀ ਨਹੀਂ ਨਹੀਂ ਦੱਸਦਾ ਸੀਗਾ ਜੀ, ਜਮਾਂ ਹਜੇ ਤਾਂ ਕੋਈ ਬਾਈ ਤਾਂ ਹੀ ਹੈ ਨਹੀਂ, ਬੈਰਲ ਬੁਰਲ ਵੀ ਬਹੁਤ ਘੱਟ ਪਈ ਹੈ ਜੀ, ਹਜੇ ਤਾਂ ਜਾਣੀ ਕਿ ਵੀ 2-3 ਮਹੀਨੇ ਤੱਕ ਹੋ ਸਕਦਾ ਦੰਦ ਨਾ ਹੀ ਸਿੱਟੇ ਆਈ ਤੀ ਖੀਰਾ 'ਚੋਂ। ਅਤੇ ਇੱਧਰੋਂ ਲੈ ਚੱਲੋ ਜੀ, ਕਿੱਧਰ ਲੈ ਗਏ ਤੋੜ ਤਾਂ? ਉਹ ਜਾਣ ਜੂਣ ਤੁਹਾਨੂੰ ਪਤਾ ਜੀ, ਧੱਕ ਮਾਰਦੇ ਆ ਝੋਟੇ। ਚਲੋ ਚਲੋ ਉੱਧਰੋਂ ਲੈ ਚੱਲੋ, ਜਿੱਧਰ ਨੂੰ ਦੂਜਾ ਲੈ ਕੇ ਗਏ ਸੀ ਆਪਾਂ। ਤਾਂ ਇਹ ਉਦੋਂ ਵੀ ਮਜ਼ਬੂਤ ਹੱਡ ਪੈਰਾਂ ਦਾ ਆਪਾਂ ਕਹਿ ਸਕਦੇ ਹਾਂ, ਤੁਸੀਂ ਇਹ ਵੀ ਦੇਖੋ ਜੀ, ਚੈਸਟੀਕਲਾਂ ਤੋਂ ਲਾ ਕੇ ਪਿੱਠ ਫੁੜਾ ਇਹਦਾ ਵੀ ਦੇਖੋ, ਨਾਲੇ ਹਜੇ ਇੱਕ ਤਰ੍ਹਾਂ ਕੱਟਾ ਹੀ ਕਹਿ ਦਿੰਦੇ ਹਾਂ ਆਪਾਂ, ਐਡੇ ਕੁ ਨੂੰ ਹਜੇ ਆਪਾਂ ਐਂ ਕਹਿ ਦਿੰਦੇ ਹੁੰਦੇ ਹਾਂ ਵੀ ਯਾਰ ਕੱਟਾ ਛੋਟਾ। ਤਾਂ ਹੁਣ ਦੇਖੋ ਜੇ ਛੋਟੇ ਹੁੰਦੇ ਐਡੀ ਉਮਰ ਦੇ, ਅਤੇ ਇਹ ਦੇਖੋ ਇੱਕ ਜਮਾਂ ਵੱਡਾ ਪ੍ਰੋਪਰ ਵੱਡਾ ਸਾਨ ਬਣਿਆ ਹੋਇਆ। ਸਵਾ ਸਾਲ ਦਾ ਹੀ ਪੰਜਵੇਂ ਨੰਬਰ ਤੇ ਆ ਗਿਆ। ਅੱਛਾ ਜੀ, ਇਹ ਮਗਰਲੀ ਵਾਰ ਸਵਾ ਸਾਲ ਦਾ ਹੀ ਖੀਰਿਆਂ 'ਚੋਂ ਪੰਜਵੇਂ ਨੰਬਰ ਤੇ ਆ ਗਿਆ, ਮਿੱਤਰੋ ਹਾਰਟੀਗੇਟ ਵੀ ਨਿਗਾਹ ਮਰਵਾਵਾਂਗੇ, ਮਗਰਲੀ ਵਾਰ ਸਵਾ ਸਾਲ ਦਾ ਵੀ ਖੀਰਿਆਂ ਦੇ ਵਿੱਚੋਂ ਪੰਜਵੇਂ ਨੰਬਰ ਤੇ ਆ ਸੀ। ਬਹੁਤ ਵੱਡੀ ਗੱਲ ਹੈ ਨੰਬਰਾਂ 'ਚ ਖੜਨਾ ਇੰਨੀ ਕੁ ਛੋਟੀ ਉਮਰ ਦਾ। ਹੁਣ ਮੰਨ ਲਓ ਖੀਰਾ ਤਾਂ ਇਹ ਹੁਣ ਹੈ, ਖੀਰਾ ਕਿੱਥੇ ਹੈ, ਮਗਰਲੇ ਸਾਲ ਵੀ ਖੀਰਿਆਂ 'ਚੋਂ ਪੰਜਵੇਂ ਨੰਬਰ ਤੇ ਆ ਗਿਆ। ਤੇ ਹੁਣ ਦੇਖੋ ਜਿਹੜੇ ਲੋੜ ਤੇ, ਹੁਣ ਇਹਦਾ ਬੋਡੀ ਢਾਂਚਾ ਲੈ ਲਓ, ਤੇ ਜੇ ਚਾਰੇ ਸਾਈਡਾਂ ਨੂੰ ਤੁਸੀਂ ਦੇਖੋ ਤਾਂ ਕਿਸੇ ਪੱਖੋਂ ਇਹਦੇ 'ਚ ਇੱਕ ਪੰਜੀ ਦੀ ਕਮੀ ਇਹਦੇ 'ਚ ਨਹੀਂ। ਤਾਂ ਇਹਦੀ ਹੁਣ ਨਾਲ ਮਾਂ ਵੀ ਦਿਖਾਵਾਂਗੇ, ਲੈ ਚਲੋ ਜੀ। ਤਾਂ ਦੇਖ ਸਕਦੇ ਹਾਂ ਬਹੁਤ ਸੋਹਣਾ ਅਤੇ ਬਹੁਤ ਤਿਆਰ ਕੱਟਾ, ਠੀਕ ਹੈ। ਇੱਕ ਵਾਰੀ ਇਹਨਾਂ ਦਾ ਸੀਮਨ ਰੈਡੀ ਹੋ ਗਿਆ, ਸੀਮਨ ਆਪਣਾ ਦੋਨਾਂ ਦੀ ਰੈਡੀ ਹੋ ਗਿਆ ਜੀ, ਉਹਨਾਂ ਦਾ ਰੈਡੀ ਹੈ, ਠੀਕ ਹੈ ਜੀ। ਤੇ ਨਾਮ ਕੀ ਕੀ ਰੱਖੇ ਹੋਏ ਆ ਇਹਦਾ? ਨਾਮ ਕੀ ਆ? ਨਾਮ ਜੀ ਤੇਜਾ ਚੀਮਾ। ਇਹ ਤੇਜਾ? ਹਾਂ ਜੀ ਤੇਜਾ, ਤੇਜਾ ਚੀਮਾ। ਹਾਂ ਜੀ ਹਾਂ ਜੀ, ਠੀਕ ਹੈ ਜੀ। ਤੇ ਇਹਦਾ ਨਾਂ ਜੀ? ਇਹਦਾ ਨਾਂ ਬਲਵਾਨ ਚੀਮਾ। ਇਹਦਾ ਨਾਂ? ਬਲਵਾਨ ਚੀਮਾ। ਬਲਵਾਨ ਚੀਮਾ, ਠੀਕ ਹੈ ਜੀ। ਉਹ ਬਲਵਾਨ ਚੀਮੇ ਦੇ ਨਾਂ ਤੇ ਫਲੈਕਸ ਵੀ ਲੱਗੀ ਹੋਈ ਆਪਣੀ, ਅੱਛਾ ਉਹ ਇਹਦੇ ਨਾਂ ਤੇ ਲੱਗੀ ਹੋਈ ਵੱਡੇ ਦੇ ਨਾਂ। ਹਾਂ ਜੀ ਹਾਂ ਜੀ, ਠੀਕ ਹੈ ਜੀ। ਆਹ ਲਓ ਜੀ ਦੇਖੋ, ਤੇਜਾ ਚੀਮਾ ਤੇ ਬਲਵਾਨ ਚੀਮਾ, ਠੀਕ ਹੈ। ਨਾਵਾਂ ਦੇ ਨਾਲ ਦੇਖੋ ਕਿੰਨਾ ਪਿਆਰ ਨਾਲ ਰੱਖੇ ਗਏ ਨਾਮ ਇਹ। ਉਦੋਂ ਇਹ ਉਹ ਵੱਡਾ ਹੈਗਾ ਜੀ, ਇਹ ਛੋਟਾ ਹੈ? ਹਾਂ ਜੀ ਉਹ ਵੱਡਾ ਹੈ। ਅੱਛਾ ਉਦੋਂ ਬਾਅਦ ਵਾਲੇ ਸੂਏ ਦਾ ਉਹ ਹੈ? ਹਾਂ ਜੀ ਹਾਂ। ਤਾਂ ਇਸ ਤੋਂ ਬਾਅਦ ਵਾਲੀ ਵੀ ਕੱਟੀ ਹੈ? ਉਹ ਕੱਟੀ ਹੈ। ਅੱਛਾ ਜੀ, ਕੱਟੀ ਵੀ ਆਪਾਂ ਦਿਖਾ ਦਈਏ ਫਿਰ, ਇਹਨਾਂ ਦੀ ਮਾਂ ਬਾਰੇ ਗੱਲ ਕਰਦੇ ਹਾਂ। ਸਾਲ ਦੀ ਹੈ ਜੀ। ਅੱਛਾ ਸਾਲ ਦੀ ਹੈ ਜੀ। ਹਾਂ ਫਿਰ ਇਹਦੇ ਵੀ ਤੁਸੀਂ ਸਾਲ ਦੀ ਕਰਕੇ ਵੀ ਬਜਟ ਹੋ ਜਾਂਦੇ ਤੇ ਤੁਹਾਡੀ ਬਹੁਤ ਚੰਗੀ ਬਣੀ ਵੀ ਆ, ਪਰ ਨਾ ਸਹੀ ਮਾਰੀ ਫਿਰ ਦੀ ਕੋਈ ਫਿਕਰ। ਇੱਕ ਵਾਰ ਮੈਂ ਇਕੱਲਾ ਜਾਣਾ ਨਾ, ਬੇਟਾ ਬਾਹਰ ਚਲਿਆ ਗਿਆ ਜੀ। ਹਾਂਜੀ, ਕਈ ਵਾਰ ਬੁੜੀਆਂ ਨੂੰ ਬਾਹਰ ਅੰਦਰ ਬੰਨਣੇ ਪੈਂਦੇ ਨੇ। ਅੱਛਾ, ਪ੍ਰੋਪਰ ਕੇ ਨੱਥ ਕਰਦੇ ਨੇ? ਨੱਥ ਕਰਦੇ ਨੇ। ਓਕੇ ਜੀ, ਓਕੇ, ਬਹੁਤ ਸੋਹਣੀ ਹੈ ਜੀ ਕੱਟੀ। ਇਹ ਕਿਹੜੇ ਦੀ ਹੈ ਜੀ? ਪਿਓ ਕਿਹੜਾ ਸੀ ਇਹਦਾ? ਇਹਦਾ ਸ਼ੇਰੂ ਹੈ ਜੀ। ਇਹਦਾ ਸ਼ੇਰੂ?
ਵੀਰਾਂ ਵਾਲੀ ਹੈ, ਸੇਰੂ ਹੈ ਜੀ, ਤੇ ਉਹਦਾ ਗਿਆ ਅਰਜਨ ਕੁੰਗੜ, ਤੇ ਇਹਦਾ ਪਿਓ ਆਪਾਂ ਇਹਦਾ ਹੀ ਆ ਮੰਨੀ, ਇਹਦਾ ਅੱਛਾ ਜੀ ਵੀਰਾਂ ਵਾਲੀ ਵਾਲਾ ਅਮਨ ਨੂੰ ਆ ਗਿਆ, ਠੀਕ ਹੈ ਜੀ, ਠੀਕ ਹੈ ਜੀ। ਬਾਕੀ ਇਹ ਤਾਂ ਆਪ ਜਦੋਂ ਕੱਟੇ ਦੋਨੇ ਤਿਆਰ ਹੋ ਗਏ, ਹਜੇ ਤਾਂ ਇੱਕ ਤਰ੍ਹਾਂ ਕਹਿ ਸਕਦੇ ਹਾਂ ਪੂਰਾ, ਤਾਂ ਉਹ ਵੀ ਜਵਾਨ ਨਹੀਂ ਹੋਇਆ, ਨਹੀਂ ਹੋਇਆ ਨਹੀਂ ਜੀ। ਤੇ ਜਦੋਂ ਜਵਾਨ ਹੋਣਾ ਉਹਨੇ 8 ਦਿਨ ਦਾ ਚਾਹੁਣਾ, ਤੇ ਉਦੋਂ ਤਾਂ ਉਹ ਗੱਲਾਂ ਕਰਵਾਊਗਾ। ਹੋਰ ਹੈ ਪ੍ਰਧਾਨ ਸਾਹਿਬ, ਹਾਂਜੀ, ਅਸੀਂ ਨਾ 2017 ਚ ਇਧਰਲੀ ਸਾਈਡ ਨੂੰ, ਹਾਂਜੀ, ਅਸੀਂ 2017 ਚ ਆਪਣੀ ਇਹ ਮੱਝ ਖੀਰੀ ਮਸਤੋਣਾ ਸਾਹਿਬ ਫਸਟ ਆ ਗਈ ਸੀ, ਹਾਂਜੀ, ਉਦੋਂ ਸਰਕਾਰਾਂ ਮੇਲੇ ਲਵਾਉਂਦੀਆਂ ਸੀ ਜ਼ਿਲ੍ਹੇ ਦੇ, ਹਾਂਜੀ, ਉਦੋਂ ਬਾਅਦ ਅਸੀਂ ਚਲੋ 2-3 ਇਹ ਮੱਝ ਦੇ 2 ਕੱਟੇ ਸੇਲ ਕਰਤੇ। ਅੱਛਾ ਜੀ, ਕਿਉਂ ਆਪਾਂ ਨੂੰ ਇੰਨਾ ਪਤਾ ਨਹੀਂ ਸੀ, ਹਰਿਆਣੇ ਹਰੂਣੇ 'ਚ ਦੂਰ ਮੇਲੇ ਲੱਗਦੇ ਸੀ, ਜਾ ਨਹੀਂ ਸਕੇ, ਹਾਂਜੀ। ਉਦੋਂ ਬਾਅਦ ਜਿਹੜਾ ਇਹ ਤੁਹਾਡੀ ਟੀਮ ਨੇ ਉਪਰਾਲਾ ਕਰਿਆ ਜੀ ਧਨੌਲੇ ਵਾਲੇ ਮੇਲੇ ਦਾ, ਹਾਂਜੀ, ਅੱਜ ਉਹਦਾ ਰਿਜ਼ਲਟ ਹੈ ਜੀ ਇਹ ਸਾਰਾ। ਅੱਛਾ ਵੀ ਦੁਬਾਰੇ ਸ਼ੌਂਕ ਪੈ ਗਿਆ, ਨਹੀਂ ਸੜ ਦੇਣਾ ਜੀ, ਸੜਤਾ ਸੀਗਾ ਜੀ। ਓਕੇ ਜੀ, ਓਕੇ, ਹਾਂਜੀ ਹਾਂਜੀ। ਨਹੀਂ ਨਹੀਂ ਧੰਨਵਾਦ ਅੰਕਲ ਜੀ, ਤੁਸੀਂ ਵੀ ਐਡਾ ਮਾਣ ਬਖਸ਼ਿਆ ਹੈ ਵੀ ਆਪਣੇ ਰਲ ਮਿਲ ਕੇ ਮਾਣ ਵਾਲੀ ਕਿਹੜਾ, ਕੋਈ ਸਹੀ ਗੱਲ ਆ ਜੀ, ਅਸੀਂ ਸਾਡੀ ਗਏ ਤੇ 2 ਕੱਟੇ ਸੇਲ ਕਰਤੇ ਜੀ। ਅੱਛਾ ਜੀ, ਪਹਿਲਾਂ ਕਰਤੇ ਸੀ ਕੰਮ, ਉਹੀ ਗੱਲ ਤੁਹਾਡੇ ਵਾਲੀ, ਕੱਲੀ ਮਾਝੀ ਰਹਿ ਗਈ ਆਪਣੇ ਕੋਲੇ, ਕੱਲੇ ਜਾਣੇ ਸੀ ਘਰੇ, ਬ੍ਰਦਰ ਦੇ ਵੱਡੇ ਦੇ ਸੱਟ ਰੀੜ ਦੀ ਹੱਡੀ ਤੇ ਵੱਜੀ ਹੋਈ ਹੈ, ਹਾਂਜੀ, ਬੇਟਾ ਪੜ੍ਹਦਾ ਸੀ, ਓਕੇ ਜੀ, ਇੱਥੇ ਨੇੜੇ ਕਰਕੇ ਹੁਣ ਇੱਥੋਂ ਤਾਂ ਸ਼ਾਮ ਨੂੰ ਘਰੇ ਆ ਜਾਂਦੇ ਸੀ, ਹਾਂਜੀ, ਤੜਕੇ ਚਲੇ ਜਾਂਦੇ, ਤੜਕੇ ਚਲੇ ਜਾਂਦੇ, ਚਲੋ ਹੁਣ ਪਰਮਾਤਮਾ ਨੂੰ, ਤੁਹਾਨੂੰ ਪਤਾ ਸਾਰਾ ਕੁਛ, ਹਾਂਜੀ, ਹੁਣ ਤਾਂ ਰੰਗ ਲਾ ਤੇ, ਇੱਥੇ ਤਾਂ ਤੰਬੂ ਪੈਸੇ ਹੀ ਲਾ ਕੇ ਰੱਖਣਾ ਪਊਗਾ, ਤੁਹਾਨੂੰ ਜੀ ਦੇਣਾ ਥਾਂ, ਦੇਖੋ ਕਹਿੰਦੇ ਆ ਵੀਡੀਓ 'ਚ ਵੀ, ਨਹੀਂ ਨਹੀਂ ਵਧੀਆ ਥਾਂ ਦੇਵਾਂਗੇ ਜੀ, ਬਿਲਕੁਲ ਜੀ, ਬਿਲਕੁਲ, ਨਹੀਂ ਜੀ ਇੱਥੇ ਤਾਂ ਹੱਕ ਵੀ ਬਣਦਾ, ਐਡੀ ਮਿਹਨਤ ਕੀਤੀ ਹੈ, 4 ਦਿਨ ਰਹਿ ਕੇ ਦਿਖਾਵਾਂਗੇ ਜੀ ਸਾਰੇ, ਫੇਰ ਹੀ ਪਤਾ ਲੱਗਦਾ ਵੀ ਮਿਹਨਤ ਕੀ ਚੀਜ਼ ਆ, ਹਾਂਜੀ ਹਾਂਜੀ, ਇੱਧਰੋਂ ਦੇਖੋ ਬਾਈ ਫਿਰ ਦਿੱਦਾ ਥਾਪੀਆਂ ਥੁੱਪੀਆਂ ਕੱਟੀ ਨੂੰ, ਹਾਂਜੀ, ਉਹ ਸਰਟੀਫਿਕੇਟ ਆਪਣੇ ਕੋਲ, ਆਪਾਂ ਫੇਰ ਉਤਰੇ ਜੀ ਫੀਲਡ 'ਚ, ਪਹਿਲਾਂ ਵੀ ਫੇਰ ਆਇਆ ਲੋਕਾਂ 'ਚ, ਸੀਮਨ ਸੂਮਨ ਫੇਰ ਤਿਆਰ ਕਰਾਇਆ, ਹਾਂਜੀ, ਸਰਟੀਫਿਕੇਟ ਕੱਲੇ ਕੱਲੇ ਦਿਖਾ ਦਿਓ ਜੀ ਜਮਾਂ, ਹਾਂਜੀ ਹਾਂਜੀ, ਬਿਲਕੁਲ ਜੀ, ਬਿਲਕੁਲ, ਕੋਈ ਐਂ ਨਹੀਂ ਉਈ ਤਿਆਰ ਲਾਓ ਵੀ ਮਿੱਤਰੋ, ਇੱਧਰ ਆ ਹੋ ਗਏ ਅੰਕਲ, ਅੰਕਲ ਇਕੱਠੇ, ਇੱਧਰ ਸ਼ੇਰਵਾਜ ਅੰਕਲ ਖੜਾ ਅਤੇ ਦੇ ਰਿਹਾ ਪ੍ਰੈਜ ਅੰਕਲ ਨੂੰ, ਚੈਲ ਵਰਗੇ ਖੜੇ ਆ ਨਾਲ, ਅਤੇ ਉਦੋਂ ਬਾਅਦ ਤੁਸੀਂ ਦੇਖ ਸਕਦੇ ਆ ਜੀ, ਇਹ ਟਰਾਫੀ ਹੈ ਜੀ ਪਹਿਲੇ ਨੰਬਰ ਦੀ, ਇਹ ਟਰਾਫੀ ਹੈ ਜੀ, ਇਹ 2017 ਦੀ ਹੈ ਜੀ, ਇੱਧਰ ਵਾਲੀ, ਹਾਂਜੀ, 2017 ਦੀ ਮੱਝ ਫਸਟ ਆਈ ਹੈ, ਗੋਲਡ ਐਮਐਲਏ ਖੜੇ ਨੇ ਜੀ, ਇਹ ਵੀ ਆਪਣੇ ਧਨੌਲੇ ਦੀ ਹੈ ਨਾ, ਤੁਸੀਂ ਆਹ ਦੇਖ ਸਕਦੇ ਜੀ, ਦਰਸ਼ਨ ਸਿੰਘ, ਨਿਸੱਤਰ ਸਿੰਘ, ਸੰਗਰੂਰ, ਚੀਮਾ ਸਾਹਿਬ, ਠੀਕ ਹੈ, ਚੀਮਾ ਆਪਣਾ ਪਿੰਡ ਪੈ ਜਾਂਦਾ, ਤੇ ਤੁਸੀਂ ਆਹ ਦੇਖ ਸਕਦੇ ਆ ਬੀ ਐਫ ਏ ਦਾ ਜਿਹੜਾ ਪਹਿਲੇ ਮੇਲੇ ਦਾ ਸਰਟੀਫਿਕੇਟ ਸੀਗਾ, ਤੇ ਦੂਜਿਆਂ ਨੂੰ ਫਿਰ ਅਸੀਂ ਪੱਕੇ ਆਹ ਕਰਤੇ ਸੀਗੇ, ਤੇ ਆਹ ਦੇਖ ਸਕਦੇ ਆ ਜੀ, ਆਹ ਵੀ ਪਹਿਲੇ ਪ੍ਰਾਈਜ਼ ਦਾ ਜੀ, ਤੇ ਆਹ ਵੀ ਪਹਿਲੇ ਪ੍ਰਾਈਜ਼ ਦਾ, ਤੇ ਆਹ ਮਸਤੋਣਾ ਸਾਹਿਬ ਵੀ ਪਹਿਲੇ ਪ੍ਰਾਈਜ਼ ਦਾ ਜੀ, ਇਹ ਪੰਜਵੇਂ ਦਾ ਖੀਰੇ ਦਾ ਜੀ, ਤੇ ਇਹ ਖੀਰੇ ਦਾ ਗਿਆ ਜੀ, ਇਹ ਵੀ ਆਪਣੇ ਧਨੌਲੇ ਵਾਲੇ ਮੇਲੇ ਦਾ ਗਿਆ ਬੀ ਐਫ ਏ ਦਾ, ਇਹ ਵੀ ਖੀਰੇ ਦਾ 5ਵਾਂ ਜੀ, ਨੰਬਰ ਵੀ ਨਾਲ ਲਵਾ ਦਿਓ, ਹਾਂਜੀ ਹਾਂਜੀ, ਤੇ ਇਹ ਲਓ ਜੀ ਨੰਬਰ ਬੋਲਾਂਗੇ ਵੀ, ਤਾਂ ਇੱਕ ਵਾਰੀ ਤੁਸੀਂ ਜੇ ਕੋਈ ਵੀ ਭਰਾ ਨੂੰ ਕੋਈ ਸੀਮਨ ਜਾਂ ਕੋਈ ਰਾਏ ਦੀ ਗੱਲ ਹੋਵੇ, ਅੰਕਲ ਨਾਲ ਕੋਈ ਗੱਲਬਾਤ ਕਰਨੀ ਆ, ਤਾਂ ਇਹ ਨੰਬਰ ਹੈ ਜੀ ਇਹਨਾਂ ਦਾ 98-545-6-16, ਅਤੇ ਬਲਵਾਨ ਚੀਮੇ ਦੀ ਫੋਟੋ ਲੱਗੀ ਵੀ ਇਹਨਾਂ ਦੇ ਵੱਡੇ ਕੱਟੇ ਦੀ, ਅਤੇ ਅੱਜ ਮਾਂਗ ਦੀ ਵੀ ਗੱਲ ਕਰੀਏ ਅੰਕਲ ਜੀ, ਅਤੇ ਇਹ ਹੁਣ ਕਹਿੰਦੇ ਸੂਏ 'ਚ ਹੈ ਜੀ, ਇਹ ਜੀ 6ਵੇਂ ਸੂਏ ਹੋ ਗਏ, ਅੱਛਾ ਇਹ 6ਵੇਂ ਸੂਏ ਜੀ ਹੁਣ, ਅਤੇ ਇਹ ਆਪ ਕਿਹੜੀ ਦੀ ਸੀਗੀ ਜੀ, ਪਤਾ ਕੁਛ, ਸੁਲਤਾਨ ਦੀ ਹੈ ਜੀ, ਅੱਛਾ ਇਹ ਸੁਲਤਾਨ ਦੀ ਹੈ ਜੀ, ਸੁਲਤਾਨ ਕਿਹੜੇ ਦੀ, ਬੁੱਢੇ ਖੇੜੇ ਵਾਲੀ, ਬੁੱਢੇ ਖੇੜੇ ਵਾਲੀ, ਅਤੇ ਦੁੱਧ ਇੱਕ 20 ਕਿੰਨਾ ਹੋਇਆ, 840 ਸਰਕਾਰੀ, 2840 ਸਰਕਾਰੀ ਜਵਾਈ ਹੋਈ ਵੀ ਹੈ ਜੀ, ਠੀਕ ਹੈ, ਨਹੀਂ ਬਹੁਤ ਸੋਹਣੀ ਮੱਝ ਆ, ਲਓ ਵੀ ਮਿੱਤਰੋ ਥੋੜ੍ਹੀ ਜਿਹੀ ਇੱਧਰੋਂ ਧੁੰਦ ਜੀ ਤਾਂ ਭੈਣ ਲੱਗ ਜਾਂਦੇ ਕਿਉਂਕਿ ਧੁੱਪ ਵਾਲੀ ਸਾਈਡ ਨੂੰ ਆ, ਤਾਂ ਪਰ ਮੱਝ ਵੀ ਬਹੁਤ ਪਿਆਰੀ ਅਤੇ ਸੋਹਣੀ ਮੱਝ ਹੈ, ਬਾਕੀ ਫਾਸਟ ਹੈ ਇਹ ਮਸਤੋਣੇ ਖੀਰੀ 'ਚ, ਇਹ ਵੀ ਖੀ ਉੱਥੋਂ ਵੀ ਮਸਤੋਣੇ ਸਾਹਿਬ ਤੋਂ ਵੀ ਇਹ ਖੀਰੀ ਕੈਟਾਗਰੀ ਸੀਗੀ ਜੀ ਉਦੋਂ ਦੀ, ਇਹ ਮਸਤੋਣੇ ਸਾਹਿਬ ਤੋਂ ਵੀ ਫਸਟ ਆ ਜੀ, ਹਾਂਜੀ ਮਸਤੋਣੇ ਸਾਹਿਬ, ਹਾਂਜੀ ਹਾਂਜੀ, ਤਾਂ ਦੇਖ ਸਕਦੇ ਹਾਂ ਤੁਸੀਂ।
ਤਾਂ ਇੱਧਰਾਂ 'ਚ ਸੰਗਤ ਅੰਕਲ ਜੀ ਇੱਕ ਵਾਰੀ ਇਹਦੇ ਨੰਬਰ ਬੋਲਿਓ ਜੀ 98 554 ਜੀ ਹਾਂਜੀ 76 616 ਠੀਕ ਹੈ ਜੀ ਅਤੇ ਆਪਣਾ ਇਹ ਜਿਹੜਾ ਚੀਮਾ ਪਿੰਡ ਇੱਧਰ ਸੇਰੋਂ ਦੇ ਨੇੜੇ ਆ ਗਿਆ ਇੱਧਰ ਹੋਰ ਕਿਹੜੇ ਕਿਹੜੇ ਪਿੰਡ ਨੇੜੇ ਆ ਗਏ ਸੁਨਾਮ ਤੋਂ ਜਦੋਂ ਆਪਾਂ ਭੀਖੀ ਤੋਂ ਜਾਂਦੇ ਹਾਂ ਨਾ ਹਾਂਜੀ ਵੱਡਾ ਰੋਡ ਬਠਿੰਡਿਆ ਪਟਿਆਲੇ ਵਾਲਾ ਹਾਂਜੀ ਇਹ ਸੁਨਾਮ ਤੋਂ 14 ਕਿਲੋਮੀਟਰ ਹੈ ਭੀਖੀ ਤੋਂ 16 ਵੱਡੇ ਰੋਡ ਦੇ ਉੱਪਰ ਹੀ ਹੈ ਜੀ ਠੀਕ ਹੈ ਜੀ ਵੱਡੇ ਰੋਡ ਦੇ ਉੱਪਰ ਹੀ ਹੈ ਜੀ ਬਾਕੀ ਜੀ ਥੋੜ੍ਹਾ ਹੋਰ ਦੱਸ ਦਿੰਦੇ ਹਾਂ ਹਾਂਜੀ ਜਿਹੜੇ ਸੰਤ ਬਾਬਾ ਆਤਰ ਸਿੰਘ ਜੀ ਨੇ ਮਸਤੋਆਣੇ ਵਾਲੇ ਹਾਂਜੀ ਉਹਨਾਂ ਦਾ ਜਨਮ ਉਰੇ ਚੀਮਿਆਂ ਦਾ ਜੀ ਜਨਮ ਸਥਾਨ ਵੀ ਗੁਰਦੁਆਰਾ ਬਣਿਆ ਹੋਇਆ ਓਕੇ ਜੀ ਇੱਥੋਂ ਦੀ ਹੈ ਠੀਕ ਹੈ ਸੰਤ ਬਾਬਾ ਆਤਰ ਸਿੰਘ ਜੀ ਮਸਤੋਆਣੇ ਵਾਲੇ ਹਾਂਜੀ ਜਨਮ ਉਹਨਾਂ ਦਾ ਉਰੇ ਚੀਮਾ ਸਾਹਿਬ 'ਚ ਹੈ ਜੀ ਬਹੁਤ ਵੱਡਾ ਗੁਰਦੁਆਰਾ ਬਣਿਆ ਹੋਇਆ ਠੀਕ ਹੈ ਜੀ ਹਾਂਜੀ ਤੇ ਬਾਕੀ ਵੀਰ ਇੱਥੇ ਮੇਲੇ ਨੂੰ ਖਿੱਚ ਲਈ ਜੀ ਤਿਆਰੀ ਪੂਰੀ ਫੁੱਲ ਮੇਲੇ ਨੂੰ ਤਾਂ ਇੱਥੇ ਸੋਡਾ ਉਦੋਂ ਵੀ ਵੱਡਾ ਸਹਿਯੋਗ ਚਾਹੀਦਾ ਜੀ ਹਾਂ ਜੀ ਨਾ ਨਾ ਪੂਰਾ ਇੱਥੇ ਸਾਨੂੰ ਅਸੀਂ ਨਾਲ ਖੜਾ ਲੈਣਾ ਠੀਕ ਹੈ ਠੀਕ ਹੈ ਹਾਂਜੀ ਤੇ ਆਜੋ ਬਾਈਆਂ ਨਾਲ ਵੀ ਥੋੜੀ ਜੀ ਗੱਲਬਾਤ ਕਰਵਾਈਏ ਜੀ ਥੋੜੀ ਜੀ ਮਾਰੀਏ ਝਲਕ ਲਓ ਵੀ ਤੁਸੀਂ ਦੇਖੋ ਤਾਂ ਸਾਰੇ ਇੱਧਰ ਗਰੁੱਪ ਕਹਿ ਸਕਦੇ ਹਾਂ ਆਪਾਂ ਸੰਗਰੂਰ ਵਾਲਾ ਇਕੱਠਾ ਹੋਇਆ ਹੈ ਤਾਂ ਹੋਰ ਬਾਈ ਕੀ ਹਾਲ ਹੈ ਕਿਵੇਂ ਹੈ ਜੀ ਇਹ ਦੇਖੋ ਜੀ ਇਹ ਸਾਰੇ ਯਾਰ ਦੋਸਤੀ ਅੰਕਲ ਦੇ ਅਤੇ ਕਹਿੰਦਾ ਹੁੰਦਾ ਯਾਰੀ ਇਕੱਲੀ ਉਮਰ ਦੇ ਹਿਸਾਬ ਨਾਲ ਨਹੀਂ ਪੈਂਦੀ ਕੰਮ ਦੇ ਹਿਸਾਬ ਨਾਲ ਵੀ ਯਾਰੀ ਪੈਂਦੀ ਹੈ ਠੀਕ ਹੈ ਹੋਰ ਵੀਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਇੱਧਰ ਵੀ ਨਗਰ ਦੀ ਸੰਗਤ ਹੈ ਜੀ ਅੰਕਲ ਦੇ ਯਾਰ ਦੋਸਤ ਹੈ ਅਤੇ ਭਾਈ ਸਾਹਿਬ ਹੈ ਜੀ ਤਾਂ ਤੁਹਾਨੂੰ ਮੈਂ ਇੱਕ ਝਲਕ ਮਰਵਾ ਦਈਏ ਸਾਰਿਆਂ ਦੇ ਉੱਤੇ ਤਾਂ ਬਹੁਤ ਸ਼ੌਂਕ ਦੇ ਨਾਲ ਚੀਜ਼ਾਂ ਪਾਲੀਆਂ ਅਤੇ ਅੱਗੇ ਤਰੀਫਯੋਗ ਕੰਮ ਹੈ ਹੈ ਨਾ ਤਾਂ ਥਾਂ ਥੂੰ ਦਾ ਮਾਹੌਲ ਬੜਾ ਵਧੀਆ ਚੱਲੀ ਦਿੱਤਾ ਵਿਆ ਇੱਧਰੋਂ ਵੀ ਕੂਦਰ ਚੱਲੀ ਜਾਂਦਾ ਵੱਡਾ ਇੱਧਰੋਂ ਵੀ ਚੱਲੀ ਜਾਂਦਾ ਪੱਖੇ ਪੱਖੇ ਚੱਲੀ ਜਾਂਦੇ ਨਾਲ ਅਤੇ ਇੱਧਰਲੇ ਪਾਸੇ ਦੇਖੋ ਇੱਧਰ ਵੀ ਫਲੈਕਸ ਕਢਵਾਈ ਵੀ ਇਹਨਾਂ ਦੀ ਠੀਕ ਹੈ ਸੁੱਖੀ ਦੀ ਤਾਂ ਇੱਧਰਲੇ ਪਾਸੇ ਇਹਨਾਂ ਨੇ ਹੁਣ ਜਿਹੜਾ ਸੈੱਡ ਤਿਆਰ ਕੀਤਾ ਜਾਲੀ ਜੁਲੀ ਲਾ ਕੇ ਕੀਤਾ ਵੀ ਮੱਖੀ ਮੱਛਰ ਤੋਂ ਪਰੇਸ਼ਾਨ ਨਾ ਹੋਣ ਪਸ਼ੂ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਵੀ ਮੂਹਰੇ ਗੇਟ ਗੂਟ ਉੱਤਾਂ ਦੇ ਲਵਾਏ ਜਾਣਗੇ ਅਤੇ ਬਹੁਤ ਸੋਹਣੀ ਤਿਆਰੀ ਕਰੀ ਜਾਂਦੇ ਆ ਅਤੇ ਬਾਕੀ ਜਿਵੇਂ ਅੰਕਲ ਜੀ ਨੇ ਤੁਹਾਨੂੰ ਦੱਸਿਆ ਤਾਂ ਵੀ ਜੇ ਨਾ ਮੇਲਾ ਹੁੰਦਾ ਤਾਂ ਉਹ ਲੈਲਾ ਤਾਂ ਅਸੀਂ ਅੱਜ ਨਾ ਪਸ਼ੂ ਵਾਲੇ ਰਹਿਣਾ ਸੀ ਅਤੇ ਅਸੀਂ ਛੱਡ ਹੀ ਦੇਣੇ ਸੀ ਕਿਉਂਕਿ ਬੇਟਾ ਬਾਹਰ ਹੈ ਤਾਂ ਫਿਰ ਆਪ ਬੰਦਾ ਅਗਲਾ ਕਹਿੰਦਾ ਯਾਰ ਇਕੱਲੇ ਕਿੱਥੇ ਮੱਥਾ ਮਾਰਾਂਗੇ ਪਰ ਹੁਣ ਨਾਲ ਜਦੋਂ ਸ਼ੌਂਕ ਦੇ ਨਾਲ ਮੇਲਾ ਹੋਇਆ ਇਮਾਨਦਾਰੀ ਦੇ ਵਿੱਚ ਜਿੱਤੇ ਉਦੋਂ ਦੁੱਗਣਾ ਸ਼ੌਂਕ ਬਣ ਗਿਆ ਦੇਖੋ ਦੁੱਗਣਾ ਸ਼ੌਂਕ ਬਣਨ ਦੇ ਨਾਲ ਦੇਖੋ ਅਤੇ ਕਿੰਨਾ ਜ਼ਿਆਦਾ ਚੰਗਾ ਲੱਗਿਆ ਤਾਂ ਇਹ ਦੇਖ ਸਕਦੇ ਹਾਂ ਜੀ ਅੰਕਲ ਦੇ ਹੱਥ 'ਚ ਇਹ ਤਰ੍ਹਾਂ ਲੈਲੀਆਂ ਮਗਰਲੀਆਂ ਟਰਾਫੀਆਂ ਆਹ ਕੱਢਿਓ ਸਰਟੀਫਿਕੇਟ ਬਾਈ ਕੱਢ ਲਓ ਐਂ ਸਾਰੀ ਕੱਢ ਲਓ ਗਿਰਾਪਾਂ ਦੀ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਨੈਮੀਨੇਸ਼ਨ ਕਰਵਾ ਕੇ ਜੜਾ ਕੇ ਰੱਖੇ ਹੋਏ ਆ ਠੀਕ ਹੈ ਜੀ ਠੀਕ ਹੈ ਜੀ ਦੇਖੋ ਜੀ ਬਾਈ ਇਹ ਸਾਰੇ ਜਿਹੜੇ ਸਰਟੀਫਿਕੇਟ ਜਿੱਤੇ ਆ ਹੁਣ ਤੱਕ ਦੇ ਉਹਨਾਂ ਦੇ ਆ ਆਹ ਨਾ ਇਹਨਾਂ ਦੀ ਮਾਂ ਜਿਹੜੀ ਮਸਤੋਆਣੇ ਸਭ ਕੁਝ ਜਿੱਤੀ ਆ ਅਤੇ ਇਹ 'ਚ ਕੱਟੇ ਆ ਹੋਣੀ ਡਾਰ ਹੋਏ ਆ ਜੀ ਆਪਣੇ ਅੱਛਾ ਜੀ ਇਹ ਸਾਰਾ ਮਤਲਬ ਇਹਦਾ ਚਵਾਈ ਦਾ ਜਿਹੜਾ ਰਿਕਾਰਡ ਹੈ ਜੀ ਉਹ ਆ ਸਾਰਾ ਇਹ ਸਰਕਾਰੀ ਹੈ ਜੀ ਦੇਖੋ ਜੀ ਬਾਈ ਇਹ ਇਸ ਤਰ੍ਹਾਂ ਰਿਕਾਰਡ ਐਂ ਬਣਦੇ ਜੀ ਇਕੱਲੇ ਇਕੱਲੇ ਟਾਈਮ ਦੇ ਇਕੱਲੇ ਇਕੱਲੇ ਮਹੀਨਿਆਂ ਦੇ ਤਾਂ ਫਿਰ ਜਾ ਕੇ ਉਹ ਕਰਦੇ ਆ ਅਤੇ ਇੱਧਰ ਫੋਟੋਆਂ ਦੇਖ ਸਕਦੇ ਹਾਂ ਤੁਸੀਂ ਆ ਫੜੋ ਜੀ ਉਤਲੀ ਫੋਟੋ ਹਾਂਜੀ ਲਾ ਦਿਓ ਉਤਲੀ ਤਾਂ ਹਾਂਜੀ ਆਹ ਦੇਖੋ ਜੀ ਦੂਜੀ ਇਹ ਮਸਤੋਆਣੇ ਸਾਹਿਬ ਦੀ ਹੈ ਇਹ ਝੋਟੀ ਉਦੋਂ ਇਹ ਖੀਰੀ ਸੀਗੀ ਉਦੋਂ ਖੀਰੀ ਫਸਟ ਆਈ ਸੀ ਅੱਛਾ ਆਪਣੇ ਘਰੀ ਜੰਮੀ ਸੀ ਵੀ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਨਹੀਂ ਬਹੁਤ ਸੋਹਣੀ ਗੱਲ ਹੈ ਜੀ ਹਨਾ ਤਾਂ ਦੇਖ ਸਕਦੇ ਹਾਂ ਤੁਸੀਂ ਸਾਰਾ ਘਰ ਦਾ ਬਲੱਡ ਹੀ ਆ ਬਾਈ ਇਹ ਵੀ ਗੱਲ ਬਹੁਤ ਵੱਡੀ ਹੈ ਜੀ ਤੁਸੀਂ ਆਹ ਦੇਖ ਸਕਦੇ ਆ ਸ਼ੌਂਕ ਦੇ ਨਾਲ ਅੱਜ ਕੱਟੀ ਹੈ ਕਿੰਨੇ ਟਾਈਮ ਦੀ ਹੋ ਗਈ ਸਾਲ ਦੀ ਹੋਈ ਹੈ 20 ਤਰੀਕ ਨੂੰ ਬਸ 4 ਕ ਦਿਨ ਉੱਤੇ ਆ ਪੰਜ 4 ਕ ਦਿਨ ਉੱਤੇ ਆ ਜੀ 4-5 ਦਿਨ ਉੱਤੇ ਆ ਤੇ ਜੇ ਤੁਸੀਂ ਦੇਖੋ ਤੇ ਮੂਰੇ ਇਹਨੇ ਵੀ ਆਪਦੀ ਮਾਂ ਵਾਂਗੂ ਬਹੁਤ ਜ਼ਿਆਦਾ ਦੇਖ ਸਕਦੇ ਤੁਸੀਂ ਫਟਕ ਨਹੀਂ ਹੋਵੇ ਤਾਂ ਬਹੁਤ ਸੋਹਣੀ ਹੈ ਬਲਵਾਨ ਦੇ ਕਰ ਲੋ ਦਰਸ਼ਨ
ਤਾਂ ਤੁਸੀਂ ਦੇਖ ਸਕਦੇ ਹਾਂ ਜਿਹੜੀ ਹੈਟ ਹੂਟ ਬਹੁਤ ਜ਼ਿਆਦਾ ਆ, ਅਤੇ ਰੀਲ ਇੱਕ ਵਾਰੀ ਤੁਸੀਂ ਗੇੜਾ ਮਾਰੋਗੇ ਨਾ ਤਾਂ ਤੁਸੀਂ ਇਹ ਦੇਖ ਕੇ ਜਾਇਓ। ਤਾਂ ਇੱਕ ਚੀਜ਼ ਹੁੰਦੀ ਹੈ ਜਿਹੜੀ ਵੀਡੀਓ ਦੇ ਵਿੱਚ ਥੋੜ੍ਹੀ ਜਿਹੀ, ਕਈ ਵਾਰੀ ਧੁੱਪ ਪੈ ਗਈ, ਸਾਂ ਪੈ ਗਈ, ਉਹ ਪ੍ਰੋਪਰ ਨਾਲ ਨਹੀਂ ਆਉਂਦੀ, ਤਾਂ ਕਈ ਚੀਜ਼ਾਂ ਹੁੰਦੀਆਂ ਮੌਕੇ 'ਤੇ ਜਦੋਂ ਦੇਖੋਗੇ ਤੁਸੀਂ, ਕੱਦ ਕੁੱਦ ਵੀ ਦੇਖੋਗੇ ਹਰ ਪੱਖੋਂ, ਟੈਸਟੀਕਲਾਂ ਦੇ ਸਾਈਜ਼ ਤੋਂ ਲਾ ਕੇ, ਕੱਦ ਤੋਂ ਲਾ ਕੇ, ਸ਼ਕੀਨੀ ਤੋਂ ਲਾ ਕੇ, ਪਿੱਠ ਪੁੜੇ ਤੋਂ ਲਾ ਕੇ, ਇਕੱਲੇ ਇਕੱਲੇ ਸਰੀਰ ਦੇ ਉੱਤੇ ਨਾੜਾਂ ਖੜੀਆਂ ਇਹਨਾਂ ਦੇ, ਠੀਕ ਹੈ, ਬਹੁਤ ਬਰੀਕ ਚਮੜੀ ਦੇ ਅਤੇ ਬਹੁਤ ਚੰਗੇ ਆ। ਤਾਂ ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਦੇ ਤੁਹਾਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਵਾਉਂਦੇ ਰਹਾਂਗੇ, ਜਿਹੜੇ ਅੱਗੇ ਕਿਵੇਂ ਨਾ ਕਿਵੇਂ ਵੀ ਵਧੇ ਆ, ਜਿਨ੍ਹਾਂ ਨੇ ਚੰਗੀ ਬਰੀਡ 'ਤੇ ਕੰਮ ਕੀਤਾ, ਚੰਗੇ ਗਣੀਮਾਲਾਂ 'ਤੇ ਕੰਮ ਕੀਤਾ। ਜੇ ਕੋਈ ਚੰਗੀ ਬਰੀਡ 'ਤੇ ਕੰਮ ਕਰੂਗਾ ਉਹ ਥੋੜ੍ਹਾ ਜਿਹਾ ਛੇਤੀ ਨਾਂ ਕਮਾ ਜਾਂਦਾ, ਅਤੇ ਜੇ ਥੋੜ੍ਹੀ ਜਿਹੀ ਆਪਾਂ ਆਮ ਬਰੀਡ ਤੋਂ ਕੰਮ ਕਰਦੇ ਹਾਂ ਉਹ ਨਾਂ ਕਮਾਉਣ ਨੂੰ ਕਾਫੀ ਸਮਾਂ ਲੱਗ ਜਾਂਦਾ। ਇਹ ਚੀਜ਼ ਦਾ ਰੀਐਲਿਟੀ ਹੈ, ਠੀਕ ਹੈ। ਥੋੜ੍ਹੇ ਦੁੱਧ ਤੋਂ ਆਪਾਂ ਉਹ ਪੈਦਾ ਕਰਦੇ ਨੂੰ ਇੱਕ ਬੰਦੇ ਦੀ ਅੱਧੀ ਪੀੜ੍ਹੀ ਤੋਂ ਜ਼ਿਆਦਾ, ਮਤਲਬ ਅੱਧੀ ਉਮਰ ਤੋਂ ਜ਼ਿਆਦਾ ਲੰਘ ਜਾਂਦੀ ਹੈ, ਠੀਕ ਹੈ ਜੀ। ਕਹਿਣ ਦਾ ਭਾਵ ਜੇ ਬਰੀਡ ਘਰ ਵੀ ਤਿਆਰ ਕਰਦੇ ਹਾਂ 1500 ਲੀਟਰ ਵਾਲੀ ਨਾਲ, ਤਾਂ ਉਹਨੂੰ ਬੰਦੇ ਨੂੰ 20-25 ਸਾਲ ਲੱਗ ਜਾਣਗੇ ਦੁਬਾਰੇ ਉਹ ਬਰੀਡ 'ਚੋਂ ਬਰੀਡ ਖੜੀ ਕਰਨ ਵਾਸਤੇ। ਦੇਖੋ ਬਰੀਡ ਸਾਰੀ ਉਹੋ ਜਿਹੀ ਹੈ, ਆਪਾਂ ਨੂੰ 25-30 ਸਾਲ ਹੋ ਗਏ, ਦੇਖ ਲਓ ਜੀ ਫਿਰ ਕਦੇ ਨਾ ਵੀ ਚਾਹੇ ਦੋ ਟੀਕੇ ਭਰਾਏ ਗਏ, ਇੱਧਰੋਂ ਚੱਲ ਗਏ ਜੀ। ਹਾਂਜੀ ਹਾਂਜੀ, ਵੀ ਟੀਕਾ ਉਹਨਾਂ ਟਾਈਮਾਂ 'ਚ 1000 ਰੁਪਏ ਦਾ, 1200 ਦਾ ਟੀਕਾ ਭਰਾਇਆ, ਨਹੀਂ ਰਹੀ ਕੋਈ ਚੱਕਰ ਨਹੀਂ ਦੁਬਾਰੇ ਭਰਾਤਾ। ਵੀ ਮਤਲਬ 25-30 ਸਾਲ ਹੋ ਗਏ ਆਪਾਂ ਚੰਗੇ ਸਾਨਾਂ ਦਾ ਸੀਮ ਨਹੀਂ ਯੂਜ ਕਰਦਾ, ਵੀ ਪਿੰਡ 'ਚ ਕੋਈ ਬਦਲਾ ਸਾਨ ਖੜਾ, ਕੋਈ ਵਹਿਮ ਨਹੀਂ ਆਪਾਂ ਨੂੰ। ਹਾਂਜੀ, ਵੀ ਟੀਕੇ ਨਾਲ ਰਹਿਣੀ ਨਹੀਂ ਜੇ ਆ ਹੋ ਗਿਆ ਵਾਹ ਹੋ ਗਿਆ, ਵੀ ਚੰਗੇ ਸਾਨ ਤੋਂ ਹੀ ਕਰੋਸ ਕਰਾਓ, ਸੀਮਨ ਲਵਾਓ। ਆਹੋ ਵੀ ਜਿਵੇਂ ਵੀ ਕਰਨਾ ਵੀ ਭਾਂਦੀ ਚੰਗਾ ਸਾਨ ਹੀ ਕਰੋਸ ਵਾਚ ਦੇ ਕੇ ਚੰਗੀ ਸੀਮਨ ਵਾਚ ਦੇ। ਹਾਂ ਵੀ ਇਹਨਾਂ ਚੀਜ਼ਾਂ ਨਾਲ ਇਹ ਚੀਜ਼ਾਂ ਤੁਹਾਡੀਆਂ ਤਿਆਰ ਹੋਣਗੀਆਂ, ਇਹ ਧਿਆਨ ਦਿਓਗੇ ਤਾਂ। ਹਾਂਜੀ, ਫੇਰ ਹੀ ਬਰੀਡ ਬਣਨੀ ਹੈ। ਕਹਿਣ ਦਾ ਭਾਵ ਦੇਖੋ ਮੱਝ ਜੇ 8 ਲੀਟਰ ਦਿੰਦੀ ਹੈ ਉਹ ਵੀ ਕਾਲਾ ਰੰਗ ਹੈ, ਇਹ 20 ਦਿੰਦੀ ਹੈ ਤਾਂ ਇਹਦਾ ਵੀ ਕਾਲਾ ਰੰਗ ਹੈ। ਗੱਲ ਕਿੱਥੋਂ ਆ ਗਈ, ਤਾਂ ਗੱਲ ਆ ਗਈ ਸਾਰੀ ਬਰੀਡ ਦੀ ਅਤੇ ਸ਼ੌਂਕ ਦੀ, ਵੇਚੀ ਹੈ ਗੱਡੀ ਦਾ ਪਲੌਕ ਲਾਈ ਨਹੀਂ, ਵੇਚੀ ਪਈ ਹੈ। ਤਾਂ ਇਹੀ ਗੱਲ ਹੈ ਜੀ, ਵੀ ਤੁਸੀਂ ਜਿਹੜੀਆਂ ਰੰਗ ਮਗਰ ਵੀ ਨਹੀਂ, ਅਤੇ ਤੁਸੀਂ ਜਿਹੜੀ ਕੁਆਲਿਟੀ ਹੈ ਦੁੱਧ ਦੀ ਹੈ, ਉਹਨਾਂ ਦਾ ਖਾਨਦਾਨ ਹੈ, 2-3 ਪੀੜ੍ਹੀਆਂ ਤੱਕ ਵੀ ਪਤਾ ਹੋਵੇ, ਤਾਂ ਜ਼ਿਆਦਾ ਬਰੀਡ 'ਤੇ ਫਿਰ ਜ਼ਿਆਦਾ ਕੰਮ ਕਰਨ ਦਾ ਜਿਹੜਾ ਸਵਾਦ ਉਦੋਂ ਵੀ ਜ਼ਿਆਦਾ ਆਉਣਾ, ਠੀਕ ਹੈ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ। ਆਹ ਫੁੱਲਾਂ ਦੀ ਅਰਕ ਵੀ ਮੰਨੀ ਜਾਂਦਾ। ਹਾਂ, ਓਕੇ ਜੀ।